चनवा न्यूज चैनल देख रहे सारे दर्शकों का स्वागत है। तो अज असीं इदां दी खबर तुहानूं दिखाउण जा रहे हां जिथे कि कई बारी पुलिस ते काफ़ी वड्डे इल्जाम लगते ने, कई गलत कमेंट करते ने लोग कि पुलिस रिश्वत लैंदी है, पुलिस जान बुझ के चलान करती है। पर एक जिहड़ा पुलिस का दूजा रूप भी हुंदा है, जदों लोगों की सेवा करन वास्ते कई चंगे अफसर भी आउंदे ने। तो अज मुलापुर बैरीयर के उपर पहला कदम जिहड़ा मुलापुर पुलिस का है, जिथे कि रोजाना जिहड़े धुंद दे विच एक्सीडेंट हुंदे सी उन्हां नूं बचाउण वास्ते, लोगों दीआं कीमती जानां बचाउण वास्ते हुण जगह जगह ते पुलिस ने रिफलैक्टर लगा रहे ने, जिस दे नाल कि हर गड्डी हर मोटरसाइकिल उस रिफलैक्टर की चमक पैंदी है तां उन्हां दी जान बच सकती है। तो पहला उपराला साडे नाल एएसआई साहब ऋषि राजजी सिंह ने साडे नाल गल्लबात करदे आ, मुलापुर ट्रैफिक इंचार्ज। सर ਕਿਵੇਂ ਲੱਗਿਆ ਕਿ ਕਈ ਵਾਰੀ ਪੁਲਿਸ ਤੇ ਨਾ ਗਲਤ ਜਾਮ ਲੱਗਦਾ ਕਿ ਰਿਸ਼ਵਤ ਲੈਂਦੀ ਹੈ ਜਾਂ ਜਾਨਵਰ ਚਲਾਨ ਕਰਦੀ ਹੈ? ਤੁਹਾਡਾ ਪਹਿਲਾ ਉਪਰਾਲਾ ਇੱਕ ਰੂਪ ਤੁਹਾਡਾ ਇਹ ਵੀ ਹੈ ਕਿਉਂਕਿ ਹਰ ਫੀਲਡ ਦੇ ਵਿੱਚ ਚੰਗੇ ਅਫਸਰ ਵੀ ਨੇ, ਮਾੜੇ ਅਫਸਰ ਵੀ ਨੇ। ਕਿਵੇਂ ਲੱਗਿਆ ਕਿ ਤੁਹਾਨੂੰ ਇਹ ਵੀ ਸੇਵਾ ਨਾਲ ਕਰਨੀ ਚਾਹੀਦੀ ਹੈ? ਇਹ ਮਾਣਯੋਗ ਐਸਐਸਪੀ ਸਾਹਿਬ ਤੇ ਐਸਪੀ ਟ੍ਰੈਫਿਕ ਅਨੁਸਾਰ ਹੁਕਮਾਂ ਅਨੁਸਾਰ ਰਾਤ ਨੂੰ ਧੁੰਦ ਕਾਰਨ ਅਤੇ ਠੰਡ ਕਾਰਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਇਹ ਰਿਫਲੈਕਟਰ ਲਾਏ ਗਏ ਨੇ ਵੀ ਇਹ ਲੋਕਾਂ ਦੇ ਐਕਸੀਡੈਂਟ ਤੋਂ ਬਚਣ। ਅਤੇ ਹੁਣ ਤੁਸੀਂ ਇਸੀ ਚੌਂਕ ਕੋਲ ਲਾ ਰਹੇ ਹੋ ਜਾਂ ਜਿਵੇਂ ਹੁਣ ਸਿਸਮਾ ਚੌਂਕ ਜਿੱਥੇ ਸੀਐਮ ਸਾਹਿਬ ਦਾ ਹਾਊਸ ਹੈ ਉੱਧਰ ਵੀ ਲਾ ਰਹੇ ਹਾਂ ਜਾਂ ਪੂਰੇ ਕਰਾਲੀ ਦੇ ਕੋਲ? ਹਾਂਜੀ, ਸਿਸਮਾ ਡੀ ਪੁਆਇੰਟ ਅਤੇ ਸੀਐਮ ਹਾਊਸ ਉੱਥੇ ਬੱਦੀ ਬੈਰੀਅਲ ਕੋਲ, ਉੱਥੇ ਆਪਣੇ ਏਰੀਏ 'ਚ ਸਾਰੇ ਲਾ ਰਹੇ ਹਾਂ ਜੀ। ਜਿਵੇਂ ਰੋਜ਼ਾਨਾ ਹੁਣ ਧੁੰਦ ਦੇ ਕਾਰਨ ਆ ਗੱਡੀਆਂ ਤੇਜ਼ ਚੱਲਦੀਆਂ ਨੇ, ਕੀ ਅਪੀਲ ਕਰੋਗੇ ਕਿਉਂਕਿ ਤੁਹਾਡਾ ਫੀਲਡ ਹੀ ਇਹੀ ਹੈ? ਅਤੇ ਕਿਉਂਕਿ ਕਈ ਲੋਕ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ, ਜਾਨਾਂ ਗਵਾ ਬੈਠਦੇ ਨੇ, ਅਤੇ ਪਹਿਲਾ ਉਪਰਾਲਾ ਤੁਸੀਂ ਜਾਨ ਬਚਾਉਣ ਦਾ ਵੱਡਾ ਉਪਰਾਲਾ ਕੀਤਾ, ਕੀ ਮੈਸੇਜ ਦਿਉਂਗੇ ਲੋਕਾਂ ਨੂੰ? ਅਸੀਂ ਲੋਕਾਂ ਦੀ ਜਾਨ ਬਚਾਉਣ ਵਾਸਤੇ ਰਿਫਲੈਕਟਰ ਲਾ ਰਹੇ ਹਾਂ ਜੀ, ਅਤੇ ਰਿਫਲੈਕਟ ਵੀ ਧੁੰਦ ਕਰਕੇ ਲੋਕਾਂ ਦਾ ਐਕਸੀਡੈਂਟ ਨਾ ਹੋਵੇ ਅਤੇ ਆਪਣਾ ਲੋਕਾਂ ਦੀ ਜਾਨ ਬਚਾਈ ਜਾ ਸਕੇ। ਅਤੇ ਕਿਵੇਂ ਲੱਗਦਾ ਕਿ ਹੁਣ ਲੋਕ ਸਮਝਦਾਰ ਨੇ, ਪਹਿਲਾਂ ਨਾਲੋਂ ਫਰਕ ਪੈ ਗਿਆ? ਕਿਉਂਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਕਾਨੂੰਨ ਦਾ ਪਤਾ ਨਹੀਂ, ਅੱਜ ਕੱਲ੍ਹ ਹਰ ਬੰਦਾ ਪੜ੍ਹਿਆ ਲਿਖਿਆ ਹੈ। ਅਤੇ ਕਿਵੇਂ ਲੱਗਦਾ ਕਿ ਲੋਕ ਜਾਗਰੂਕ ਹੋ ਹੈ ਨੇ ਤੁਹਾਡੇ ਵਾਂਗ? ਤੁਸੀਂ ਤਾਂ ਹੁਣ ਰੋਜ਼ ਇਸ ਫੀਲਡ ਦੇ ਵਿੱਚ ਰਹਿੰਦੇ ਹੋ, ਰੋਜ਼ ਨਾਕੇ ਵੀ ਲੱਗਦੇ ਨੇ, ਰੋਜ਼ ਕਾਗਜ਼ ਪੂਰੇ ਦੇਖਦੇ ਹੋ, ਤਾਂ ਲੱਗਦਾ ਕਿ ਲੋਕ ਹੁਣ ਸਮਝਦਾਰੀ ਦੇ ਨਾਲ ਕੰਮ ਲੈ ਰਹੇ ਨੇ? ਹਾਂਜੀ, ਹੁਣ ਲੋਕ ਥੋੜ੍ਹਾ ਜਿਹਾ ਚਲਾਨ ਕੱਟਣ ਕਾਰਨ ਲੋਕਾਂ ਨੂੰ ਹੈਲਮਟ ਬਾਰੇ ਵੀ ਸਮਝਾਇਆ ਜਾਂਦਾ ਹੈ, ਮਾਸਕਾਂ ਬਾਰੇ ਵੀ ਸਮਝਾਇਆ ਜਾਂਦਾ, ਬਿਮਾਰੀ ਚੱਲ ਰਹੀ ਹੈ ਉਹਦੇ ਕਾਰਨ ਹੁਣ ਥੋੜ੍ਹਾ ਜਿਹਾ ਲੋਕ ਜਾਗਰੂਕ ਹੋਏ ਨੇ। ਇਹ ਵੀ ਲਾਈਟਾਂ ਵਗੈਰਾ ਜਿਹੜੇ ਚੌਂਕ 'ਚ ਲਾਈਟਾਂ ਨਹੀਂ ਹੈ, ਜਿਹੜੇ ਪੁਆਇੰਟਾਂ ਦੇ ਰੈੱਡ ਮਤਲਬ ਲਾਈਟਾਂ ਨਹੀਂ ਹੈ, ਉਹ ਲਾਈਟਾਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ, ਲਾਈਟਾਂ ਵੀ ਲੱਗ ਰਹੀਆਂ ਨੇ। ਅਤੇ ਹੁਣ ਕਈ ਲੋਕ ਜਿਹੜੇ ਵਾਰ ਵਾਰ ਇਲਜ਼ਾਮ ਲਾਈ ਜਾਂਦੇ ਨੇ ਪੁਲਿਸ 'ਤੇ ਕਿ ਪੁਲਿਸ ਪੈਸੇ ਖਾਂਦੀ ਹੈ, ਪੁਲਿਸ ਜਾਨਵਰ ਚਲਾਨ ਕਰਦੀ ਹੈ, ਕਿ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਹਰ ਫੀਲਡ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਕਿ ਸਾਰੇ ਚੰਗੇ ਵੀ ਨਹੀਂ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ, ਤਾਂ ਉਹਨਾਂ ਲੋਕਾਂ ਨੂੰ ਵੀ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ? ਹਾਂਜੀ, ਲੋਕਾਂ ਨੂੰ ਬਹੁਤ ਕੁਝ ਸਮਝਾਈਦਾ ਵੀ ਲਾਈਟ ਨਾ ਟੱਪੋ, ਹੈਲਮਟ ਪਾ ਕੇ ਰੱਖੋ, ਅਸੀਂ ਤਾਂ ਲੋਕਾਂ ਦੀ ਜਾਨ ਵਾਸਤੇ ਹੀ ਰੱਖਿਆ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਵੱਡਾ ਉਪਰਾਲਾ ਹੈ ਜਾਨ ਮਾਲ ਦੀ ਰਾਖੀ ਕਰਨਾ, ਇਹ ਨਹੀਂ ਕਿ ਵਰਦੀ ਪਾ ਕੇ ਇਕੱਲਾ ਕਾਗਜ਼ ਚੈੱਕ ਕਰਨਾ ਹੁੰਦਾ ਹੈ। ਅਤੇ ਮੁਲਾਪੁਰ ਪੁਲਿਸ ਦਾ ਪਹਿਲਾ ਉਪਰਾਲਾ ਹੈ, ਮੁਲਾਪੁਰ ਬੈਰੀਅਰ 'ਤੇ ਜਿਹੜਾ ਸਿਸਮਾ ਟੀ ਪੁਆਇੰਟ ਕਰਾਲੀ ਦੇ ਤੱਕ ਰਿਫਲੈਕਟਰ ਲਗਾਏ ਜਾ ਰਹੇ ਨੇ, ਜਿਸ ਦੇ ਨਾਲ ਕਿ ਸਾਡੇ ਨੌਜਵਾਨਾਂ ਦੀ, ਸਾਡੀਆਂ ਮਾਵਾਂ ਧੀਆਂ ਭੈਣਾਂ ਦੀ ਜਿਹੜੀ ਜਾਨ ਬਚ ਸਕੇ ਅਤੇ ਆਪਣੇ ਘਰ ਖੁਸ਼ੀ ਖੁਸ਼ੀ ਆਪਣੇ ਬੱਚਿਆਂ ਕੋਲ, ਆਪਣੇ ਪਰਿਵਾਰ ਕੋਲ ਜਾ ਸਕਣ। ਅਤੇ ਪਹਿਲਾ ਉਪਰਾਲਾ ਸ਼ਲਾਘਾਯੋਗ ਕਦਮ ਹੈ, ਪੁਲਿਸ ਦਾ ਮਾਣ ਬਣਦਾ ਜਦੋਂ ਇੱਦਾਂ ਦੀ ਪੁਲਿਸ ਕੰਮ ਕਰਦੀ ਹੈ, ਤਾਂ ਆਪਣੇ ਪੰਜਾਬ ਦਾ ਮਾਣ ਬਣਦਾ, ਪੰਜਾਬ ਪੁਲਿਸ ਦਾ ਮਾਣ ਬਣਦਾ ਅਤੇ ਪੰਜਾਬ ਸਰਕਾਰ ਦਾ ਵੀ ਮਾਣ ਬਣਦਾ। ਤੁਹਾਡੇ ਨਾਲ ਕੈਮਰਾਮੈਨ ਕਰ ਸ਼ਰਮਾ ਦੇ ਨਾਲ ਹਰਤੇਜ ਸਿੰਘ ਤੇਜੀ, ਚਨਵਾ ਨਿਊਜ਼, ਨਿਊਜ਼ ਚੰਡੀਗੜ੍ਹ।